ਭਾਖੜਾ ਡੈਮ ਤੋਂ ਪਾਣੀ ਛੱਡਣ ਕਰਕੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਇਸ ਲਈ ਭਾਖੜਾ ਡੈਮ ਵਿੱਚੋਂ ਪਾਣੀ ਛੱਡਣ ਕਰਕੇ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ, NDRF ਦੇ ਮੁਖੀ ਅਤੇ ਘਰੋਂ ਬੇਘਰ ਹੋਏ ਲੋਕਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਥਿਤੀ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਮੈਂ ਤਹਿਸੀਲਦਾਰ ਅਨੰਦਪੁਰ ਸਾਹਿਬ ਬੋਲ ਰਿਹਾ। ਅਸੀਂ ਰਾਤ ਵੀ ਇੱਥੇ ਹੀ ਹਾਂ, ਇੱਥੇ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਹੈ। ਇੱਥੇ ਇਸ ਟਾਈਮ ਅਸੀਂ ਕੀਰਤਪੁਰ ਸਾਹਿਬ ਖੜ੍ਹੇ ਹਾਂ ਅਤੇ NDRF ਦੀ ਟੀਮ ਦੋ ਹਿੱਸਿਆਂ 'ਚ ਵੰਡੀ ਹੋਈ ਹੈ ਅਤੇ ਇੱਥੇ ਅਸੀਂ ਗਜਪੁਰ ਖੜ੍ਹੇ ਸੀ। ਗਜਪੁਰ ਇੱਕ ਲੇਡੀ ਨੂੰ ਸੱਪ ਨੇ ਕੱਟ ਲਿਆ ਪਾਣੀ ਦੇ ਵਿੱਚੋਂ ਅਤੇ ਅਸੀਂ ਉਹਨੂੰ ਰੈਸਕਿਊ ਕਰਕੇ, ਦੋ ਬੰਦੇ ਹੋਰ ਰੈਸਕਿਊ ਕਰਕੇ ਉਹਨਾਂ ਨੂੰ ਹੋਸਪਿਟਲ ਛੱਡ ਕੇ ਆਏ ਹਾਂ। ਇਸ ਤੋਂ ਬਾਅਦ ਅਸੀਂ ਇੱਥੇ ਆਏ ਹਾਂ। ਜਿਹੜੀ NDRF ਦੀ ਟੀਮ ਹੈ ਇਹ ਇੱਥੇ ਆ ਕੇ ਹੁਣ ਉਹ ਦੁਬਾਰਾ ਇੰਜਨ ਤਿਆਰ ਕਰਕੇ ਜਿਹੜੇ ਇੱਥੇ ਰੈਸਕਿਊ ਕਰਨੀ ਹੈ ਉਹ ਕਰ ਰਹੀ ਹੈ ਜੀ। ਅਭੀ ਯਹਾਂ ਪਰ ਦੋ ਆਫਿਸਰਸ ਹੈ ਔਰ 20+ ਹਮਾਰੇ ਅਨ ਜਵਾਨ ਹੈ ਔਰ ਹਮ 5:30 ਵਜੇ ਸੇ ਲੇਕਰ ਕੇ ਕੀਰਤਪੁਰ ਸਾਹਿਬ ਮੇਂ ਹਮਲਾ ਪੈ ਰਹੇ ਆਨੇ ਕਾ ਥਾ, ਲੇਕਿਨ ਪਹਿਰੇ ਹਮ ਗਏ ਥੇ ਮਟੌਰ। ਮਟੌਰ ਸੇ ਫਿਰ ਹਮ ਸੈਕਿੰਡ ਜੋ ਜਗ੍ਹਾ ਪੇ ਗਏ ਥੇ, ਵਹਾਂ ਪਰ ਇੱਕ ਲੇਡੀ ਕੋ ਬਚਾਇਆ, ਇੱਕ ਬੱਚੇ ਕੋ ਬਚਾਇਆ। ਉਸਕੇ ਬਾਅਦ ਫਿਰ ਸੈਕਿੰਡ ਜੋ ਹਮਾਰੀ ਸਬ ਟੀਮ ਗਈ ਥੀ ਮਟੌਰ ਸੇ ਆਗੇ ਇੱਕ ਔਰ ਵਿਲੇਜ ਹੈ, ਉਹ ਵਹਾਂ ਸੇ ਪਹੁੰਚਨੇ ਕੇ ਬਾਅਦ ਫਿਰ ਅਭੀ ਇੱਕ ਸਬ ਟੀਮ ਯਹਾਂ ਪਹੁੰਚੀ ਹੈ। ਤੋ ਯਹਾਂ ਪਰ ਕੰਟੀਨਿਊ ਅਭੀ ਆਪਰੇਸ਼ਨ ਚੱਲ ਰਹਾ ਹੈ। ਜੋ ਅੰਦਰ ਲੋਕ ਫਸੇ ਹੋਏ ਹੈ, ਜੋ ਜ਼ਿਆਦਾ ਡੀਪਲੀ ਹੈ, ਉਨਕੋ ਹਮ ਪਹਿਲੇ ਹਮ ਨਿਕਾਲਨੇ ਕੀ ਕੋਸ਼ਿਸ਼ ਕਰ ਰਹੇ ਹੈ ਔਰ ਹਾਲਾਂਕਿ ਹਮਨੇ ਬਹੁਤ ਸੇ ਲੋਕ ਕੋ ਨਿਕਾਲ ਦਿਆ ਹੈ ਔਰ ਅਭੀ ਜੋ ਔਰ ਬਚੇ ਹੋਏ ਹੈ, ਜੋ ਆਸ ਪਾਸ ਮੇਂ ਲੋਕ ਹੈ ਜਿਨਕੋ ਜ਼ਰੂਰਤ ਬਚਾਨੇ ਕੀ ਹੈ, ਉਨਕੋ ਹਮ ਕੰਟੀਨਿਊਸ ਨਿਕਾਲ ਰਹੇ ਹੈ ਅਭੀ। ਸਰ ਇਸ ਕਾਮ ਕੇ ਲਈ ਕਿਤਨੀ ਟੀਮੇਂ ਆਪਕੀ ਵਰਕ ਕਰ ਰਹੀ ਹੈ? ਅਭੀ ਅਭੀ ਮੇਰੀ ਜੈਸੇ ਯਹਾਂ ਪਰ ਇੱਕ ਟੀਮ ਥੀ, ਮੈਂ ਆਪਕੋ ਬਤਾਇਆ ਕਿ ਦੋ ਆਫਿਸਰ ਸੇ ਔਰ 20+ ਹਮਾਰੇ ਅਦਰ ਸੇ ਜੋ ਹਮ ਕੀਰਤਪੁਰ ਸੇ ਔਰ ਆਗੇ ਗਏ ਥੇ ਮਟੌਰ ਮੇਂ, ਵਹਾਂ ਸੇ ਹਮਾਰੀ ਦੋ ਟੀਮੇਂ ਡਿਵਾਈਡ ਹੋ ਗਈ ਥੀ। ਤੋ ਦੋ ਟੀਮੇਂ ਜੋ ਡਿਵਾਈਡ ਹੋਣੇ ਕੇ ਬਾਅਦ ਜੋ ਕੁਛ ਰੈਸਕਿਊ ਵਿਕਟਿਮਸ ਉਨਕੋ ਬਚਾਨੇ ਕੇ ਬਾਅਦ ਅਭੀ ਹਮਾਰੀ ਟੀਮ ਫਿਰ ਸੇ ਸਬਮਿਟ ਹੋ ਗਈ ਹੈ। ਤੋ ਅਭੀ ਯਹਾਂ ਕੇਵਲ ਇੱਕ ਟੀਮ ਅਭੀ ਹਮਾਰੀ ਕਾਮ ਕਰ ਰਹੀ ਹੈ NDRF ਕੀ। ਕਿਆ ਆਪਕੋ ਜੋ ਆਪ ਰੈਸਕਿਊ ਕਰੋ ਇਸਮੇਂ ਕੋਈ ਦਿੱਕਤ ਵੀ ਆ ਰਹੀ, ਕੋਈ ਪਰੇਸ਼ਾਨੀ ਵੀ ਆ ਰਹੀ? ਦਿੱਕਤ ਤੋ ਅਭੀ ਸਰ ਕੁਛ ਨਹੀਂ ਆ ਰਹੀ ਹੈ, ਬਾਕੀ ਵਾਟਰ ਲੈਵਲ ਤੋ ਅਭੀ ਇਨਕਾ ਜ਼ਿਆਦਾ ਅਭੀ ਸਰ ਹਾਈ ਨਹੀਂ ਹੈ, ਅਭੀ ਘੁਟਨੇ ਤੋਂ ਕੀ ਪਾਣੀ ਹੈ, ਇਤਨਾ ਖਾਸ ਨਹੀਂ ਹੈ। ਲੇਕਿਨ ਜੋ ਅਭੀ ਬਤਾ ਰਹੇ ਥੇ SHO ਸਾਹਿਬ ਕੀ 4-5 ਅੰਦਰ ਫਸੇ ਹੋਏ ਹੈ, ਉਨਕੋ ਹਮਨੇ ਐਵੈਕੂਏਟ ਕਰ ਲਿਆ ਹੈ। ਅਭੀ ਤੱਕ ਆਪ ਕਿਤਨੇ ਬੰਦੋਂ ਕੋ ਰੈਸਕਿਊ ਕਰ ਚੁੱਕੇ ਹੋ? ਅਭੀ ਸਰ ਅਭੀ ਅਪਰੋਕਸ ਮਾਨ ਕੇ ਚਲੀਏ ਕਿ ਆਪ 120-150 ਕੇ ਆਸ ਪਾਸ ਹਮਾਰਾ ਹੋ ਗਿਆ ਹੈ। ਕਿਤਨੇ ਵੋਟਸ ਇਸ? ਵੋਟ ਹਮਾਰੇ ਪਾਸ 3 ਹੈ ਅਭੀ। ਜੈਸੇ ਹਮ ਲੋਕ ਅਭੀ ਗਏ ਥੇ ਮਟੌਰ ਮੇਂ, ਤੋ ਵਹਾਂ ਸੇ ਇੱਕ ਵੋਟ ਹਮ ਮਟੌਰ ਮੇਂ ਛੋੜ ਕਰਕੇ ਆਏ ਥੇ, ਦੋ ਵੋਟ ਹਮ ਕੀਰਤਪੁਰ ਮੇਂ ਲੇਕਰ ਕੇ ਆ ਗਏ ਥੇ। ਤੋ ਇੱਕ ਵੋਟ ਸੇ ਵਹਾਂ ਪਰ ਜੋ ਵਹਾਂ ਕਾ ਏਰੀਆ ਕੰਪਲੀਟ ਕਰਨੇ ਕੇ ਬਾਅਦ ਸੈਕਿੰਡ ਦੋ ਵੋਟ ਸੇ ਹਮਨੇ ਯਹਾਂ ਪਰ ਫਿਰ ਕਵਰ ਕੀਆ ਹੈ। 12 ਵਜੇ ਰਾਤੀ 12 ਵਜੇ ਰਾਤੀ 12 ਵਜੇ ਕਿਆ ਕਿੰਨਾ ਕੁ ਨੁਕਸਾਨ ਕਿੰਨਾ ਕੁ ਹੋ ਗਿਆ ਜੀ? ਸਭ ਕੁਛ ਹੋ ਗਿਆ ਵਾ, ਕੱਖ ਨਹੀਂ ਇੱਥੇ, ਨਾ ਕੱਪੜਾ ਨਾ ਟੱਲਾ, ਸਭ ਡੰਗਰ ਪਸ਼ੂ ਆ ਦੇ ਕਿੱਥੇ ਵੇ, ਬੁਰਾ ਹੀ ਹਾਲ ਹੈ ਸਾਡਾ ਦਾ। ਅਤੇ ਪਾਣੀ ਕਿੰਨਾ ਟੋਟਲ ਕਿਆ ਰਹਿਣ ਸਹਿਣ ਦਾ, ਕਾਹਦਾ ਨੁਕਸਾਨ, ਕਿਆ ਟੋਟਲ ਕਿਆ ਨੁਕਸਾਨ ਹੋਇਆ, ਕਿਆ ਪਾਣੀ ਨੁਕਸਾਨ ਕੀਤਾ? ਸੋਣੇ ਨੂੰ ਜਗ੍ਹਾ ਨਹੀਂ ਹੈ, ਕਾਸੀ ਨੂੰ ਜਗ੍ਹਾ ਨਹੀਂ ਹੈ, ਕੋਈ ਭਾਂਡਾ ਸਾਰੇ ਰੁੜ ਗਏ, ਰਾਤ ਨੂੰ ਕਿਆ ਕਰਨ ਦਾ ਅਸੀਂ। ਫਿਰ ਹੁਣ ਇੱਥੇ ਕਿੰਨੇ ਵਜੇ ਆਏ ਘਰ ਛੱਡ ਕੇ? ਇੱਥੇ ਆਏ ਵੀ ਅਸੀਂ 9 ਵਜੇ ਆ ਗਏ ਤੇ 9 ਵਜੇ ਆ ਗਏ ਤੇ। ਫਿਰ ਖਾਣ ਪੀਣ ਦਾ ਪ੍ਰਬੰਧ ਕਿੱਦਾਂ ਕੀਤਾ? ਖਾਣ ਪੀਣ ਦਾ ਇੱਥੇ ਦਿੱਤੀ, ਰੋਟੀ ਪਾਣੀ ਸਾਰੀ। ਕੌਣ ਦੇ ਰਿਹਾ? ਗੁਰਦੁਆਰੇ ਵਾਲੇ। ਗੁਰਦੁਆਰੇ ਵਾਲੇ ਦੇ ਰਹੇ? ਕੋਈ ਹਾਲ ਪ੍ਰਸ਼ਾਸਨ ਦਾ ਵੀ ਕੋਈ ਆਇਆ, ਕੋਈ ਅਫਸਰ ਵੀ ਆਇਆ, ਕੋਈ ਸਾਰ ਲੈਣ ਕੋਈ? ਨਹੀਂ ਕੋਈ ਨਹੀਂ ਆਇਆ। ਹਲੇ ਕਿਸੇ ਨਾਲ ਕੋਈ ਨਹੀਂ ਗੱਲ? ਨਾ ਕੋਈ ਨਹੀਂ ਆਇਆ। ਫਿਰ ਡੰਗਰ ਪਸ਼ੂ ਕਿੱਦਾਂ ਕੀਤੇ ਹੁਣ, ਕਿੱਥੇ ਕੀਤੇ ਡੰਗਰ? ਹਾਂ ਵੱਜੇ ਸਾਰੇ ਹੈ, ਭੁੱਖੇ ਥੇ ਆਏ, ਬੁਰਾ ਹਾਲ ਹੈ ਡੰਗਰਾਂ ਦਾ। ਅੱਛਾ। ਹਾਂ ਸਭ ਭੁੱਖੇ ਥੇ ਆਏ ਹੈ, ਪਾਣੀ ਵੀ ਨਾ ਹੋ ਸਾਡਾ ਭਰਾ ਹੋ ਸਾਥ ਨਾ। ਉੱਥੇ ਹੀ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਰਿਕਾਰਡ ਕੀਪਰ ਅਜਾਇਬ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਹੀ ਲੰਗਰ ਪਾਣੀ ਤਿਆਰ ਕਰਕੇ ਵੱਖ ਵੱਖ ਥਾਵਾਂ ਉੱਤੇ ਭੇਜਿਆ ਜਾ ਰਿਹਾ ਹੈ। ਕਮੇਟੀ ਵੱਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ, ਜਿੱਥੇ ਜਿੱਥੇ ਆਪ ਜੀ ਨੂੰ ਪਤਾ ਚੱਲ ਰਿਹਾ ਹੈ, ਉੱਥੋਂ 'ਤੇ ਲੰਗਰ ਦੀ ਅਤੇ ਸੁਵਿਧਾ ਭੇਜੀ ਜਾ ਰਹੀ ਹੈ ਜੀ। ਅਤੇ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਇਹਦੇ ਬਾਰੇ? ਸਵੇਰੇ 9 ਵਜੇ ਆਪਾਂ ਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਰੇਲਵੇ ਸਟੇਸ਼ਨ 'ਤੇ ਬੰਦੇ ਬੈਠਿਆਂ ਨੂੰ ਉਹਨਾਂ ਪ੍ਰਸ਼ਾਦਾ ਪਹੁੰਚਾਇਆ ਜਾਵੇ। ਆਪਾਂ ਤੁਰੰਤ ਜੀ ਉੱਥੇ ਪ੍ਰਸ਼ਾਦਾ ਭੇਜਣ ਦੀ ਕਵਾਲਤਾ ਕੀਤੀ। ਹੁਣ ਕਿੱਥੇ ਕਿੱਥੇ ਪ੍ਰਸ਼ਾਦਾ? ਹੁਣ ਨੂਰਪੁਰ ਬੇਦੀ ਵੀ ਪਤਾ ਲੱਗਿਆ ਵੀ ਉੱਥੇ ਵੀ ਦੋ ਵਾਰੀ ਆਪਾਂ ਭੇਜ ਦਿੱਤਾ ਪ੍ਰਸ਼ਾਦਾ।